ਜਿੰਨੇ ਵੀ ਸ਼ੁਭਚਿੰਤਕ ਇਸ ਐਪੀਸੋਡ ਨੂੰ ਦੇਖ ਰਹੇ ਹਨ ਤੁਹਾਡੇ ਤੱਕ ਮੈਂ ਬਹੁਤ ਇੰਪੋਰਟੈਂਟ ਇੱਕ ਜਾਣਕਾਰੀ ਲੈ ਕੇ ਆਇਆ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਗਿਲਜ਼ ਮੈਂਟਰ ਤੁਹਾਡੇ ਤੱਕ ਪੰਜਾਬ ਸਰਕਾਰ ਅਤੇ ਅਦਰ ਗਵਰਨਮੈਂਟ ਦੀਆਂ ਜੋ ਵੀ ਸਮੇਂ-ਸਮੇਂ ਅਨੁਸਾਰ ਸਰਕਾਰੀ ਮਹਿਕਮਿਆਂ 'ਚ ਭਰਤੀਆਂ ਕੀਤੀਆਂ ਜਾਂਦੀਆਂ ਹਨ ਉਹਨਾਂ ਦੀ ਪੂਰੀ ਜਾਣਕਾਰੀ ਤੁਹਾਡੇ ਤੱਕ ਵਿਸਤਾਰ ਰੂਪ ਨਾਲ ਮੈਂ ਲੈ ਕੇ ਆਉਣਾ ਵਾ ਪਰਟੀਕੂਲਰ ਅੱਜ ਦੇ ਇਸ ਐਪੀਸੋਡ 'ਚ ਮੈਂ ਤੁਹਾਡਾ ਸਬਦਾ ਆਫੀਸ਼ੀਅਲੀ YouTube ਚੈਨਲ ਤੇ ਵੈਲਕਮ ਕਰਦਾ ਵਾਂ ਅਤੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੀਆਂ ਭਰਤੀਆਂ ਹੈ ਜੋ ਕਿ ਸਰਕਾਰੀ ਅਹੁਦਿਆਂ ਦੇ ਵਿੱਚ ਭਰੀਆਂ ਜਾਂਦੀਆਂ ਪੋਸਟਾਂ ਖਾਲੀ ਹੁੰਦੀਆਂ ਉਹਨਾਂ ਦੀ ਜਾਣਕਾਰੀ ਸਰਕਾਰ ਕਿਤੇ ਨਾ ਕਿਤੇ ਵੱਖਰ-ਵੱਖਰੀ ਮਹਿਕਮੇ ਦੁਆਰਾ ਚਿਟਪਟ ਅਖਬਾਰਾਂ ਦੇ ਵਿੱਚ ਜ਼ਰੂਰ ਆਉਂਦੀ ਹੈ ਜਿਹਦੀ ਪੂਰੀ ਜਾਣਕਾਰੀ ਤੁਹਾਡੇ ਤੱਕ ਨਹੀਂ ਪਹੁੰਚ ਪਾਉਂਦੀ ਅਤੇ ਉੱਥੇ ਬਹੁਤ ਹੀ ਘੱਟ ਕੈਂਡੀਡੇਟ ਫਾਰਮ ਭਰਦੇ ਨੇ ਅਤੇ ਸਹੀ ਸਹੀ ਸਮੇਂ ਤੇ ਉਹ ਕੈਂਡੀਡੇਟ ਉੱਥੇ ਭਰਤੀ ਹੋ ਜਾਂਦੇ ਨੇ ਤਾਂ ਪੂਰੀ ਜਾਣਕਾਰੀ ਇਹਨਾਂ ਭਰਤੀਆਂ ਦੀ ਸਾਂਝੀ ਕਰਾਂਗਾ ਤੁਹਾਡੇ ਨਾਲ ਕਿ ਕੌਣ-ਕੌਣ ਫਾਰਮ ਭਰ ਸਕਦਾ ਵਾ ਕੀ ਕੀ ਐਲੀਜੀਬਿਲਿਟੀ ਰੱਖੀ ਗਈ ਹੈ ਤੁਹਾਡਾ ਸਿਲੈਕਸ਼ਨ ਕਿੱਦਾਂ ਹੋਏਗਾ ਫਾਰਮ ਕਿੱਦਾਂ ਭਰਨਾ ਹੋਏਗਾ ਜੇ ਤੁਸੀਂ ਚਾਹੋਨੇ ਤੁਹਾਡੇ ਤੱਕ ਐਦਾਂ ਹੀ ਟਾਈਮ ਟੂ ਟਾਈਮ ਸਹੀ ਸਮੇਂ ਤੇ ਸਰਕਾਰੀ ਅਸਾਮੀਆਂ ਅਤੇ ਆਉਣ ਵਾਲੀਆਂ ਅਸਾਮੀਆਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਡਿਸਕ੍ਰਿਪਸ਼ਨ ਬਾਕਸ ਦਿੱਤੇ ਹੈ ਕਿ ਸਾਡੇ ਇੰਸਟਾਗ੍ਰam ਟੈਲੀਗ੍ਰam ਵਟਸਐਪ ਗਰੁੱਪ ਤੇ ਕਲਿੱਕ ਕਰਕੇ ਤੁਸੀਂ ਜੁੜ ਸਕਦੇ ਹੋ ਜਿੱਥੇ ਤੁਹਾਨੂੰ ਇੰਪੋਰਟੈਂਟ ਅਪਡੇਟਸ ਔਰ ਮੈਗਜ਼ੀਨ ਤੁਹਾਨੂੰ ਸਭ ਤੋਂ ਪਹਿਲਾਂ ਸ਼ੇਅਰ ਕੀਤੀਆਂ ਜਾਂਦੀਆਂ ਹਨ ਅਤੇ ਇਹਦੇ ਨਾਲ ਹੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਪਟਵਾਰੀ ਪੰਜਾਬ ਪੁਲਿਸ ਅਤੇ ਪੀਪੀਐਸਸੀ ਦੀ ਤਿਆਰੀ ਕਰਨ ਵਾਲੇ ਜਿੰਨੇ ਵੀ ਸ਼ੁਭਚਿੰਤਕ ਸਾਡੇ ਨਾਲ ਜੁੜੇ ਨੇ ਅਸੀਂ ਬਹੁਤ ਇੰਪੋਰਟੈਂਟ ਅਤੇ ਜ਼ਬਰਦਸਤ ਤਰੀਕੇ ਦਾ ਕ੍ਰੈਸ਼ ਕੋਰਸ ਕਰਵਾ ਰਹੇ ਹਾਂ ਜੋ ਬਿਲਕੁਲ ਫ੍ਰੀ ਹੈ ਤੁਸੀਂ ਘਰ ਬੈਠੇ ਤਿਆਰੀ ਕਰ ਸਕਦੇ ਹੋ ਤੇ ਆਪਣੀ ਤਿਆਰੀ ਨੂੰ ਹੋਰ ਵੀ ਜ਼ਿਆਦਾ ਮਜ਼ਬੂਤੀ ਨਾਲ ਬਣਾ ਸਕਦੇ ਹਾਂ ਪੰਜਾਬ ਪਟਵਾਰੀ ਮਿਸ਼ਨ 2020 ਦੇ ਤਹਿਤ ਗਿਲਜ਼ 멘ਟਰ ਦੀ ਟੀਮ ਨੇ ਤੁਹਾਡੇ ਤੱਕ ਮੌਕ ਟੈਸਟ ਸੀਰੀਜ਼ ਲੈਂਦੀ ਹੈ ਅਤੇ ਸੈਕਸ਼ਨਲ ਟੈਸਟ ਲੈਂਦੇ ਹੈ ਈ ਬੁਕਸ ਨੇ PDF ਹੈ ਅਤੇ ਇਹਦੇ ਚ ਸਭ ਤੋਂ ਇੰਪੋਰਟੈਂਟ ਗੱਲ ਇਹ ਵੀ ਹੋਏਗੀ ਕਿ ਤੁਹਾਨੂੰ ਅਨਲਿਮਿਟਿਡ ਯਾਨੀ ਹਿੰਦੂਸਤਾਨ ਚ ਇਹੋ ਜਿਹਾ ਕੋਈ ਆਰਗੇਨਾਈਜੇਸ਼ਨ ਨਹੀਂ ਹੈ ਕਿ ਜੋ ਤੁਹਾਨੂੰ ਅਨਲਿਮਿਟਿਡ ਲਗਭਗ ਇੰਨੇ ਜ਼ਿਆਦਾ ਮੌਕ ਟੈਸਟ ਦੇਵੇਗਾ ਤਾਂ ਦੋਸਤੋ ਅੱਜ ਹੀ ਤੁਸੀਂ ਸਾਡੀ ਆਫੀਸ਼ੀਅਲੀ ਵੈਬਸਾਈਟ ਤੇ ਜਾਓ gildjmentor test.com ਅਤੇ ਉੱਥੇ ਆਪਣਾ ਪਲਾਨ ਹੈ ਉਹ ਸਬਸਕ੍ਰਾਈਬ ਕਰ ਸਕਦੇ ਹੋ ਹੁਣ ਚੱਲਦੇ ਹਾਂ ਆਫੀਸ਼ੀਅਲੀ ਨੋਟੀਫਿਕੇਸ਼ਨ ਤੇ ਉੱਥੇ ਦੇਖਦੇ ਹਾਂ ਵਾਧੂ ਜਾਣਕਾਰੀ ਕੀ ਹੈ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਰਮੀ ਪਬਲਿਕ ਸਕੂਲ ਠੀਕ ਹੈ ਇਹ ਹੈਗਾ ਸਾਡੇ ਕੋਲੇ ਉਨਸੀ ਬਾਸੀ ਯਾਨੀ ਹੁਸ਼ਿਆਰਪੁਰ ਡਿਸਟ੍ਰਿਕਟ ਪੰਜਾਬ ਵਿਖੇ ਇਹ ਪੋਸਟਾਂ ਆਊਟ ਹੋਈਆਂ ਨੇ ਦੱਸਣਾ ਚਾਹਾਂਗਾ ਇੱਥੇ TGT ਸਾਇੰਸ ਹੈ ਹਿੰਦੀ ਇੰਗਲਿਸ਼ ਮੈਥ ਸੋਸ਼ਲ ਸਾਇੰਸ ਫਿਕਸਡ ਯਾਨੀ 3 ਸਾਲ ਦਾ ਟਰਮ ਹੋਏਗਾ ਤੁਹਾਡਾ ਠੀਕ ਹੈ ਇਹਨਾਂ ਨੇ ਤੁਹਾਡੇ ਤੋਂ ਜੋ ਡਿਜ਼ਾਇਰ ਕੁਆਲਿਫਿਕੇਸ਼ਨ ਮੰਗੀ ਹੈ ਗ੍ਰੈਜੂਏਸ਼ਨ ਦੇ ਨਾਲ-ਨਾਲ B.Ed ਹੋਣੀ ਚਾਹੀਦੀ ਹੈ 50% ਤੁਹਾਡੇ ਹੋਣੇ ਚਾਹੀਦੇ ਹੈ ਜਾਂ TET ਪਾਸ ਤੁਸੀਂ ਹੋਣੇ ਜ਼ਰੂਰੀ ਹੈ 36 36000 ਅਪਰੋਕਸੀਮੇਟਲੀ ਤੁਹਾਨੂੰ ਸੈਲਰੀ ਮਿਲੇਗੀ ਇਦੇ ਨਾਲ ਹੈ ਪੀ ਆਰਟੀ ਯਾਨੀ ਪ੍ਰਾਇਮਰੀ ਟੀਚਰ ਹੈ ਉਹਨਾਂ ਦੇ ਸਬੰਧ ਵਿੱਚ ਦੱਸਣਾ ਚਾਹਣਾ ਵਾ 3 ਸਾਲ ਦੇ ਤੁਹਾਡੇ ਕੋਲੇ 3 ਸਾਲ ਦਾ ਤੁਹਾਡਾ ਕੰਟਰੈਕਟ ਹੋਏਗਾ ਇੱਥੇ ਔਰ ਗ੍ਰੈਜੂਏਸ਼ਨ ਦੇ ਨਾਲ ਬੀਐਡ 50% ਅਤੇ ਟੈਟ ਜਾਂ ਸੀਟੈਟ ਪਾਸ ਹੋਣੇ ਚਾਹੀਦੇ 35000 ਰੁਪਏ ਪਰ ਮਹੀਨ ਤੁਹਾਡੀ ਸੈਲਰੀ ਹੋਏਗੀ एलडीसी ਹੈ 3 ਸਾਲ ਦੇ ਕੰਟਰੈਕਟ ਲਈ ਇੱਥੇ ਭਰਤੀ ਕੀਤੇ ਜਾ ਰਹੇ ਨੇ ਗ੍ਰੈਜੂਏਸ਼ਨ ਤੁਹਾਡੇ ਕੋਲ ਕੀਤੀ ਹੋਣੀ ਚਾਹੀਦੀ ਹੈ ਕਟੋ-ਕਟ ਯਾਨੀ ਲਗਭਗ ਤੁਹਾਡੇ ਕੋਲ 10 ਸਾਲ ਦਾ ਜਾਂ ਤੁਹਾਡੇ ਕੋਲ 10 ਸਾਲ ਦਾ ਤਜਰਬਾ ਹੋਣਾ ਚਾਹੀਦਾ ਇੱਕ ਸਰਵਿਸ ਮੈਨ ਦੇ ਤੌਰ ਤੇ ਔਰ ਤੁਹਾਡੀ ਟਾਈਪਿੰਗ ਸਪੀਡ ਹੈ 12000 ਕੀ ਡਿਪ੍ਰੈਸ਼ਨ ਪਰ ਘੰਟੇ ਦੀ ਤੁਹਾਡੀ ਸਪੀਡ ਹੋਣੀ ਚਾਹੀਦੀ ਹੈ 14.5 15000 ਦੇ ਸਮਥਿੰਗ ਤੁਹਾਨੂੰ ਸੈਲਰੀ ਮਿਲੇਗੀ ਆਈਟੀ ਸੁਪਰਵਾਈਜ਼ਰ ਹੈ ਰੈਗੂਲਰ ਬੇਸ ਤੇ ਭਰਤੀ ਕੀਤੀ ਜਾਏਗੀ ਇਹਨਾਂ ਦੀ ਦੱਸਣਾ ਚਾਹੁੰਦਾ ਕਿ ਆਈਟੀ ਸੁਪਰਵਾਈਜ਼ਰ ਦੇ ਕੋਲੇ ਲਗਭਗ ਐਡਵਾਂਸ ਡਿਪਲੋਮਾ ਜਾਂ ਡਿਪਲੋਮਾ ਇਨ ਕੰਪਿਊਟਿੰਗ ਹਾਰਡਵੇਅਰ ਜਾਂ ਨੌਲੇਜ ਆਫ ਐਟ ਲੀਸਟ 2 ਸਾਲ ਦਾ ਹੋਣਾ ਜ਼ਰੂਰੀ ਹੈ ਨੈਟਵਰਕਿੰਗ ਔਰ ਲੇਨ ਐਡਮਿਨਿਸਟ੍ਰੇਸ਼ਨ ਹੋ ਗਿਆ ਆਪਰੇਟਿੰਗ ਸਿਸਟਮ ਹੋ ਗਿਆ ਤਾਂ ਆਰ ਡੀ ਬੀ ਐਮ ਐਸ ਦਾ ਪ੍ਰੋਗਰਾਮ ਦੇ ਤਹਿਤ ਤੁਹਾਡੇ ਕੋਲ ਪ੍ਰੋਫੀਸ਼ੈਂਸੀ ਇਨ ਵਨ ਲੈਂਗੁਏਜ ਦੇ ਵਿੱਚ ਜ਼ਰੂਰੀ ਹੈ 36000 ਰੁਪਏ ਪਰ ਮੰਥ ਸੈਲਰੀ ਮਿਲੇਗੀ ਇਹਦੇ ਸਬੰਧ ਚ ਤੁਸੀਂ ਕੀ ਕਰਨਾ ਵਾ ਅਖੀਰਲੀ ਜੋ ਮਿਤੀ ਹੈ ਉਹ 22 ਜਨਵਰੀ 2020 ਹੈ 100 ਰੁਪਏ ਦਾ ਡਿਮਾਂਡ ਡਰਾਫਟ ਬਣਾਉਣਾ ਹੈ ਤੁਸੀਂ ਏਪੀਐਸ ਉੱਚੀ ਬਾਸੀ ਠੀਕ ਹੈ ਤੇ ਇਹ ਬਣਾਉਣਾ ਹੈ ਤੁਸੀਂ ਕੀ ਕਰਨਾ ਹੈ ਕਿ ਇਹ 22 ਹੈਂਡ ਤੁਸੀਂ ਜਮ੍ਹਾਂ ਕਰਾ ਸਕਦੇ ਹੋ ਆਪਣੇ ਫਾਰਮ ਜਾਂ ਇਹਨਾਂ ਦੀ ਆਫੀਸ਼ੀਅਲੀ ਵੈਬਸਾਈਟ ਤੇ ਤੁਸੀਂ ਜਾ ਕੇ www.army school unchibassi unchibassi.org ਠੀਕ ਹੈ ਇੱਥੇ ਤੁਸੀਂ ਵਿਜ਼ਿਟ ਕਰਨਾ ਹੈ ਅਤੇ ਤੁਸੀਂ ਫਾਰਮ ਡਾਊਨਲੋਡ ਕਰ ਸਕਦੇ ਹੋ ਦੱਸਣਾ ਚਾਹੁੰਦਾ ਕਿ ਤੁਹਾਨੂੰ ਜਨਰਲੀ ਮਾਰਕੀਟ ਚ ਬੁੱਕ ਸ਼ਾਪ ਤੋਂ ਵੀ ਫਾਰਮ ਮਿਲ ਜਾਣਗੇ ਜਾਂ ਕਿਸੇ ਸਾਈਬਰ ਕੈਫੇ ਤੋਂ ਵੀ ਤੁਸੀਂ ਫਾਰਮ ਕਢਾ ਸਕਦੇ ਹੋ ਅਤੇ ਪੂਰੇ ਫਾਰਮ ਨੂੰ ਭਰ ਕੇ ਅਲੋਂਗ ਵਿਦ ਮਾਰਕ ਸ਼ੀਟ ਡਾਕੂਮੈਂਟਸ ਔਰ ਆਪਣੇ ਐਕਸਪੀਰੀਅੰਸ ਸਰਟੀਫਿਕੇਟਸ ਨੇ ਔਰ ਤੁਸੀਂ 100 ਰੁਪਏ ਦਾ ਡਿਮਾਂਡ ਡਰਾਫਟ ਬਾਈ ਹੈਂਡ ਇੱਥੇ ਪਾ ਸਕਦੇ ਹੋ ਦੋਸਤੋ ਯਾਦ ਰੱਖੋ ਕਿ 22 ਜਨਵਰੀ ਇਹਦੀ ਅਖੀਰਲੀ ਮਿਤੀ ਹੈ ਦੂਜੀ ਇੰਪੋਰਟੈਂਟ ਅਪਡੇਟ ਹੈ ਆਰਮੀ ਪਬਲਿਕ ਸਕੂਲ ਪਟਿਆਲਾ ਵਿਖੇ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਰਿਕਰੂਟਮੈਂਟ ਗੱਲ ਕਰਦੇ ਹਾਂ ਕਿ ਟੀਚਰਸ ਐਂਡ ਸਟਾਫ ਹੈ ਠੀਕ ਹੈ ਜਿੱਥੋਂ ਤੱਕ ਟੀਚਰ ਦੀ ਗੱਲ ਹੈ ਕਿ ਪੀਜੀਟੀ ਫਿਜ਼ਿਕਸ ਹੈ TGT English ਹੈ اور TGT Hindi ਹੈ TGT Science ਹੈ TGT Social Science ਹੈ TGT Mathematics ਹੈ اور PRT all subject ਹੈ health wellness teacher یعنی counselor ਦੇ ਸਬੰਧਿਤ ਹੈ librarian ਹੈ special educator ਹੈ nursing assistant اور IT supervisor اور LDC ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਵਧੇਰੀ ਜਾਣਕਾਰੀ ਲਈ apspatiala.com ਤੇ ਵਿజిਟ ਕਰਨਾ ਹੋਵੇਗਾ ਉੱਥੋਂ ਫਾਰਮ ਡਾਊਨਲੋਡ ਕਰਨਾ ਹੈ ਸੇਮ ਜਾਣਕਾਰੀ ਜਿਵੇਂ ਕਿ ਤੁਹਾਨੂੰ ਮੈਂ ਹੁਸ਼ਿਆਰਪੁਰ APS ਦੀ ਦੱਸੀ ਹੈ ਸੇਮ ਹੀ ਕੰਡੀਸ਼ਨ ਇੱਥੇ ਰਹੇਗੀ ਬਟ ਯਾਦ ਰੱਖਣਾ ਕਿ ਇੱਥੇ ਫਾਰਮ ਭਰਨ ਦੀ ਅਖੀਰਲੀ ਮਿਤੀ ਹੈ ਉਹ 23 ਜਨਵਰੀ 20B ਹੈ 20B 23 ਜਨਵਰੀ 20B ਤੋਂ ਪਹਿਲਾਂ ਤੁਸੀਂ ਸੇਮ ਹਦਾਇਤਾਂ ਦੇ ਨਾਲ ਆਪਣਾ ਫਾਰਮ ਭਰ ਕੇ ਸਬਮਿਟ ਕਰਾ ਸਕਦੇ ਹੋ ਇਸ ਤੋਂ ਅੱਗੇ ਹੈਗੀ ਪੋਸਟ ਇੱਕ ਆਊਟ ਹੋ ਕੀਤੀਆਂ ਗਈਆਂ ਨੇ ਆਫਿਸ ਆਫ ਦਾ ਦੱਸਿਆ ਦੱਸਣਾ ਚਾਹਾਂਗਾ ਸੈਕਟਰ 17 ਚੰਡੀਗੜ੍ਹ ਵਿਖੇ ਪੋਸਟ ਆਊਟ ਕੀਤੀਆਂ ਗਈਆਂ ਹਨ ਯਾਨੀ ਕਲਰਕ ਦੀ ਇੱਕ ਪੋਸਟ ਹੈ ਰਿਕਾਰਡ ਸੁਪਰਵਾਈਜ਼ਰ ਦੀ ਇੱਕ ਪੋਸਟ ਹੈ ਅਸਿਸਟੈਂਟ ਅਕਾਊਂਟੈਂਟ ਦੀ ਇੱਕ ਪੋਸਟ ਹੈ ਠੀਕ ਹੈ ਪਾਰਟਿਕੂਲਰ ਤੁਹਾਨੂੰ ਯਾਦ ਰੱਖਣਾ ਹੋਏਗਾ ਕਿ ਇਹ ਜੋ ਪੋਸਟਾਂ ਨੇ ਇਹ ਰਿਟਾਇਰ ਪਰਸਨ ਹਰਿਆਣਾ ਵਿਖੇ ਪੋਸਟਾਂ ਕਿ ਆਊਟ ਕੀਤੀਆਂ ਗਈਆਂ ਨੇ ਫਰੋਮ ਇਹਨਾਂ ਨੇ ਦੱਸਿਆ ਕਿ ਕਿ ਅਕੋਰਡਨਲੀ ਦਾ ਪਰਸਨ ਹੂ ਰਿਟਾਇਰ ਫਰੋਮ ਹਰਿਆਣਾ ਗਵਰਨਮੈਂਟ ਜਾਂ ਹਿਮਾਚਲ ਗਵਰਨਮੈਂਟ ਜਾਂ ਪੰਜਾਬ ਗਵਰਨਮੈਂਟ ਠੀਕ ਹੈ ਇਹ ਚੰਡੀਗੜ੍ਹ ਗਵਰਨਮੈਂਟ ਹੈ ਚੰਡੀਗੜ੍ਹ ਗਵਰਨਮੈਂਟ ਆ ਮਾਫ ਕਰਨਾ ਜਰਾ ਇਥੋਂ ਫਾਰਮ ਭਰ ਸਕਦੇ ਆ ਇਹਦੇ ਲਈ ਜੇ ਦੀ ਜਾਣਕਾਰੀ ਲਈ ਤੁਸੀਂ ਇੱਕ ਵਾਰੀ ਕੀ ਕਰਨਾ ਵਾ ਯਾਨੀ ਸੈਕਟਰੀਏਟ ਯਾਨੀ ਜੋ ਸਾਨੂੰ ਲੋਕਾਇਯੁਤ ਹਰਿਆਣਾ ਨਿਊ ਸੈਕਟਰੀਏਟ ਬਿਲਡਿੰਗ ਹਰਿਆਣਾ ਸੈਕਟਰ 17 ਚੰਡੀਗੜ੍ਹ ਵਿਖੇ ਕੰਟਰੈਕਟ ਕਰਨਾ ਪਏਗਾ ਅਗਲੀ ਪੋਸਟ ਹੈਗੀ ਹੈ ਇਹ ਪਾਰਟिकुलर ਦੱਸਣਾ ਚਾਹਾਂਗਾ ਕਿ ਲਗਭਗ 23320 ਰੁਪਏ ਪਰ ਮੰਥ ਸੈਲਰੀ ਤੇ ਟੈਂਪਰੇਰੀ ਕੰਟਰੈਕਚੁਅਲ ਬੇਸਡ ਇਹ ਪੋਸਟ ਕੱਢੀ ਗਈ ਹੈ ਯਾਨੀ ਐਲੀਮੈਂਟਰੀ ਐਜੂਕੇਸ਼ਨ ਡਿਪਾਰਟਮੈਂਟ ਹਰਿਆਣਾ ਪੰਚਕੂਲਾ ਵਿਖੇ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਯਾਨੀ ਫਰਸਟ ਡਿਵੀਜ਼ਨ ਬਾ 10ਵੀਂ ਅਤੇ 12ਵੀਂ ਜ਼ਰੂਰੀ ਹੈ ਲਾ ਗ੍ਰੈਜੂਏਟ ਹੋਣੇ ਚਾਹੀਦੇ ਹੋ ਨੇ ਇੰਗਲਿਸ਼ ਮੀਡੀਅਮ ਚੋਂ 10% ਵੇਟੇਜ ਹੈ ਦਿੱਤਾ ਜਾਏਗਾ ਸ਼ਲ ਬੀ 기ਵਨ ਟੂ ਦਾ ਕੈਂਡੀਡੇਟ ਹੂ ਇਜ਼ ਐਲ ਐਲ ਐਮ ਜਿਨੇ ਕੀਤੀ ਹੋਈ ਹੈ ਯਾਦ ਰੱਖਣਾ ਕਿ ਕਟੋ-ਕਟ ਯਾਨੀ ਤੁਹਾਡੀ ਉਮਰ ਹੈਗੀ ਉਹ ਦੀਏ ਇਹਨਾਂ ਨੇ ਕਿਹਾ ਕਿ ਨੰਬਰ ਆਫ ਪੋਸਟੇਜ 28 ਸਬਜੈਕਟ ਆਫ ਦਾ ਵੇਰੀਏਸ਼ਨ ਈਦਰ ਵੇ టు ਦਾ ਐਨ ਐ ਐਕਸਟੈਂਡ ਕੀਤੀਆਂ ਜਾ ਸਕਦੀਆਂ ਯਾਦ ਰੱਖਣਾ ਹੈ ਕਿ ਇਹ ਜੋ ਪੋਸਟਾ ਨੇ ਇਹ ਪੰਚਕੁਲਾ ਵਿਖੇ ਯਾਨੀ ਅੰਡਰ ਹਰਿਆਣਾ ਗਵਰਨਮੈਂਟ ਹੈ ਬਲਕਿ ਮੈਕਸਿਮਮ ਜੋ ਏਜ ਹੈ 42 ਸਾਲ ਤੱਕ ਹੈ ਜਰਾ ਮਾਫ ਕਰਨਾ ਮੈਂ ਤੁਹਾਨੂੰ 18 21 ਤੋਂ 30 ਤੱਕ ਦੱਸਿਆ ਸੀਗਾ 5 ਸਾਲ ਦੀ ਰਿਲੈਕਸੇਸ਼ਨ ਵੀ ਦਿੱਤੀ ਜਾਏਗੀ ਇਹਦੇ ਸਬੰਧ ਵਿੱਚ ਕੀ ਕਰਨਾ ਹੈ www ਯਾਨੀ h a r p ਠੀਕ ਹੈ ਫਿਰ ਉਸ ਤੋਂ ਬਾਅਦ ਹੈ r a t h m i l mike.gov.in ਤੇ ਵਿਜ਼ਿਟ ਕਰਨਾ ਹੋਏਗਾ ਯਾਨੀ ਡਾਇਰੈਕਟਰ ਡਾਇਰੈਕਟਰ ਐਲੀਮੈਂਟਰੀ ਐਜੂਕੇਸ਼ਨ ਹਰਿਆਣਾ ਪੰਚਕੁਲਾ ਵਿਖੇ ਫਾਰਮ ਭਰਨ ਦੀ ਅਖੀਰਲੀ ਮਿਤੀ 25 ਜਨਵਰੀ 2020 ਹੈ ਖਾਸ ਤੌਰ ਤੇ ਉਹ ਕੈਂਡੀਡੇਟ ਜਿਹੜੇ ਚੰਡੀਗੜ੍ਹ ਤੋਂ ਬਿਲੋਂਗ ਕਰਦੇ ਨੇ ਯਾਨੀ ਅਬਾਊਟ ਚੰਡੀਗੜ੍ਹ ਤੋਂ ਬਿਲੋਂਗ ਕਰਦੇ ਨੇ ਉਹ ਇਸ ਜਗ੍ਹਾ ਤੇ ਫਾਰਮ ਆਪਣਾ ਭਰ ਸਕਦੇ ਹੈ ਅਗਲੀ ਭਰਤੀ ਬਾਰੇ ਜਾਣਕਾਰੀ ਕਰਦੇ ਕਿ ਪੰਜਾਬ ਬਾਇਓਟੈਕਨੋਲੋਜੀ ਯਾਨੀ ਇੱਥੇ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਹ ਥੋੜੀਆਂ ਪੋਸਟਾਂ ਹੈ ਡਾਇਰੈਕਟ ਇੰਟਰਵਿਊ ਹੋਏਗਾ ਬਿਨਾਂ ਕਿਸੇ ਲਿਖਤੀ ਪੇਪਰ ਤੋਂ ਸਿਲੈਕਸ਼ਨ ਕੀਤਾ ਜਾਏਗਾ ਠੀਕ ਹੈ ਬਾਇਓਟੈਕਨੋਲੋਜੀ ਦੇ ਸਬੰਧ ਵਿੱਚ ਇੱਥੇ ਯਾਨੀ ਪੀਬੀਟੀਆਈ ਦੇ ਤਹਿਤ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਵਾਕਨ ਇੰਟਰਵਿਊ ਹੋਏਗਾ 28 ਜਨਵਰੀ 2020 10 ਵਜੇ ਹੋਏਗਾ ਔਰ ਇਹਦੇ ਸਬੰਧ ਵਿੱਚ ਇੰਪੋਰਟੈਂਟ ਅਪਡੇਟ ਹੈ 25000 ਰੁਪਏ ਪਰ ਮ ਇਸ ਮਹੀਨੇ ਚ ਤੁਸੀਂ ਆਪਣਾ ਫਾਰਮ ਹੈ ਉਹ ਪੀਬੀ ਯਾਨੀ ਇਹਨਾਂ ਨੇ ਵੈਬਸਾਈਟ ਦੇ ਰੱਖਿਆ ਕਿ www.pb pilabs.g.com ਤੇ ਤੁਸੀਂ ਵਿਜ਼ਿਟ ਕਰਨਾ ਹੈ ਇਹ ਕਿਤੇ ਵੀ ਸਾਈਬਰ ਕੈਫੇ ਤੋਂ ਇਹਦਾ ਫਾਰਮ ਕਢਵਾ ਕੇ ਤੁਸੀਂ ਫਾਰਮ ਭਰ ਕੇ ਔਰ ਯਾਦ ਰੱਖਣਾ ਹੈ ਕਿ ਪਾਰਟिकुलर ਪੋਸਟ ਲਈ ਜੋ ਫਾਰਮ ਹੈਗਾ ਇਹ ਅਖੀਰਲੀ ਮਿਤੀ ਹੈ 28/1/2020 ਤੋਂ ਪਹਿਲਾਂ-ਪਹਿਲਾਂ ਤੁਸੀਂ ਭਰਨਾ ਹੈ ਯਾਦ ਰੱਖਣਾ ਹੈ ਕਿ ਇੱਥੇ ਫਾਰਮ ਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਫੀਸ ਨਹੀਂ ਮੰਗੀ ਗਈ ਹੈ ਤੁਹਾਡਾ ਸਿਲੈਕਸ਼ਨ ਬਿਨਾਂ ਕਿਸੇ ਲਿਖਤੀ ਪੇਪਰ ਤੋਂ ਇਸ ਲਈ ਯਕੀਨੀ ਬਣਾਇਆ ਜਾਏ ਇਹ ਨੋਟੀਫਿਕੇਸ਼ਨ ਹੈਗਾ ਹਾਲਾਂਕਿ ਕੋਈ ਭਰਤੀ ਸੰਬੰਧ ਨੋਟੀਫਿਕੇਸ਼ਨ ਨਹੀਂ ਹੈ ਬਲਕਿ ਪਬਲਿਕ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਯਾਨੀ ਇਹ ਕੀਤਾ ਗਿਆ ਸੀਗਾ ਕਿ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਆਫ ਪੰਜਾਬ ਕਮੇਟ ਦੁਆਰਾ ਬਲਕਿ ਇਹ ਇੱਕ ਲਿਖਤੀ ਪੇਪਰ ਦੇ ਜ਼ਰੀਏ ਸੀਗਾ ਯਾਨੀ 74 ਲੈਕਚਰਰ ਜੋ ਸੀਗੇ ਔਰ ਇਸ ਤੋਂ ਇਲਾਵਾ ਜੇ ਕਿ 800 873 ਜੋ ਕਿ ਮਾਸਟਰ ਕਾਰਡ ਦੀਆਂ ਗੱਲਾਂ ਕਰਦੇ ਆਪਾਂ ਉਸ ਦੇ ਸੰਬੰਧ ਦੇ ਵਿੱਚ ਇਹ ਲਿਖਤੀ ਪੇਪਰ ਹੋਣਾ ਸੀਗਾ ਬਲਕਿ ਇਸ ਲਿਖਤੀ ਪੇਪਰ ਨੂੰ ਪੋਸਟਪੋਨ ਕਰ ਦਿੱਤਾ ਗਿਆ ਅਗਲੇ ਆਰਡਰ ਤੱਕ ਤੋ ਦੋਸਤੋ ਇਹੇ ਸੀ ਅੱਜ ਦੀ ਭਰਤੀ ਸੰਬੰਧੀ ਇੰਪੋਰਟੈਂਟ ਅਪਡੇਟਸ ਤੁਹਾਨੂੰ ਵਾਪਸ ਤੋਂ ਦੱਸਣਾ ਚਾਹਣਾ ਹੈ ਪੰਜਾਬ ਪਟਵਾਰੀ ਲਈ ਗਿਲਜ਼ ਮੈਂਟਰ ਦੀ ਟੀਮ ਦੁਆਰਾ ਤੁਹਾਨੂੰ ਘਰ ਬੈਠੇ ਆ ਬਿਲਕੁਲ ਫ੍ਰੀ ਔਰ ਨੀਸ਼ੁਲਕ ਬਿਨਾ ਕਿਸੇ ਪੈਸਾ ਪਾਈ ਫੀਸ ਤੋਂ ਤਿਆਰੀ ਕਰਵਾਈ ਜਾ ਰਹੀ ਹੈ ਤੁਸੀਂ ਸਾਡੇ ਡੇਲੀ ਲਾਈਵ ਕਲਾਸਸ ਜੁਆਇਨ ਕਰ ਸਕਦੇ ਹੋ अर्ਲੀ ਮਾਰਨਿੰਗ 7 ਵਜੇ ਸਾਡੀ ਕਰੰਟ ਅਫੇਅਰ ਹੈ 11 ਵਜੇ ਕਰਨ ਜੀਕੇ ਦੀ ਕਲਾਸ ਹੈ 3 ਵਜੇ ਸਾਡੀ ਕਲਾਸ ਐਕਸਟਰਾ ਹੁੰਦੀ ਹੈ 4 ਵਜੇ ਸਾਡੀ ਇੱਕ ਕਲਾਸ ਰੀਜਨਿੰਗ ਹੈ 8 ਵਜੇ ਸਾਡੀ ਕਲਾਸ ਮੈਥੀ ਹੈ ਔਰ ਵਿੱਚ ਹੀ ਅਸੀਂ ਕੰਪਿਊਟਰ ਅਤੇ ਰੈਗੂਲਰ ਐਗਰੀਕਲਚਰ ਦੀ ਕਲਾਸਸ ਵੀ ਕਰਨ ਜਾ ਰਹੇ ਹਾਂ ਤਾਂ ਦੋਸਤੋ ਇਹ ਕਲਾਸਸ ਦੇਖੋ اپنی تیاری ਨੂੰ ਹੋਰ ਜ਼ਿਆਦਾ ਯਕੀਨੀ ਤੌਰ ਤੇ ਮਜ਼ਬੂਤ ਕਰੋ థాంਕ ਯੂ ਸੋ ਮਚ ਹੈਵ ਅ ਨਾਈਸ ਡੇ ਟੇਕ ਕੇਅਰ ਬਾਏ ਬਾਏ